ਦੀ ਇਬਾਦਤ ਕਰ ਉਹ ਠੀਕ ਕਰੇਗਾ। ਆਹ ਕੀ ਹੋ ਗਿਆ, ਇਹਦੇ ਵਿੱਚ ਬਿਹਤਰੀ ਜੋ ਕੁਛ ਹੋਇਆ ਤੇਜ਼ ਕਰਕੇ, ਜਿੱਥੇ ਨਬੀ ਦਾ ਸਵਾਲ ਹੈ, ਜਿੱਥੇ ਅੱਲਾਹ ਦਾ ਸਵਾਲ ਹੈ, ਜਿੱਥੇ ਨੂਰ ਦਾ ਸਵਾਲ ਹੈ, ਉੱਥੇ ਤਾਂ ਸਭ ਕਿੱਥੇ ਜਾਗਾ ਨੇ ਬੈਠੇ ਆ। ਪਰ ਬੰਦਾ ਜਿਹੜਾ ਖਤਰਨਾਕ ਬੰਦੇ ਨੂੰ ਵੀ ਯੁੱਧ ਕਰਾਇਆ ਨੇ ਤੁਸੀਂ ਦੇਖੋ, ਪਰ ਕਰਾਉਂਦਾ ਕਿੰਦੇ ਚੋਂ ਹੈ? ਕੋਈ ਤਾਂ ਤੋਰਾ ਪੜ੍ਹੀ ਬੈਠਾ, ਕੋਈ ਬਾਈਬਲ ਪੜ੍ਹੀ ਬੈਠਾ, ਕੋਈ ਗੁਰੂ ਗ੍ਰੰਥ ਸਾਹਿਬ ਪੜ੍ਹੀ ਬੈਠਾ, ਕੋਈ ਕੁਰਾਨ ਸ਼ਰੀਫ ਪੜ੍ਹੀ ਬੈਠਾ। ਪੜ੍ਹ ਕੇ ਵਿੱਚ ਐਸੀ ਗੱਲ ਕਰੇਗਾ ਬੰਦਾ ਲੜਨਾ। ਹੁਣ ਖਾਸ ਕਰਕੇ ਹਜ਼ਰਤ ਮੁਹੰਮਦ ਸਾਹਿਬ ਨੇ ਲਿਖਿਆ ਕੁਰਾਨ ਸ਼ਰੀਫ 'ਚ ਕਿ ਜਿਹੜਾ ਮੁਸਲਮਾਨ ਜਜ਼ਬਾਤ ਦੀ ਗੱਲ ਕਰਕੇ ਲੋਕਾਂ ਨੂੰ ਭੜਕਾਉਂਦਾ ਹੈ, ਉਹਦੀ ਕਦੀ ਆਵਾਜ਼ ਨਾ ਸੁਣੋ। ਕਿਉਂ? ਉਹ ਰਹਿਮਤ ਵਾਲਾ ਬੰਦਾ ਨਹੀਂ, ਉਹ ਜਜ਼ਬਾਤ ਕਰਕੇ ਲੜਾਈਆਂ ਕਰਾਉਂਦਾ। ਲੜਾਈ ਕਰਨਾ ਰੱਬ ਥੋੜ੍ਹਾ ਖੁਸ਼ ਹੈ। ਇਸ ਕਰਕੇ ਸਭ ਤੋਂ ਵੱਡੀ ਚੀਜ਼ ਹੈ ਕਿ ਸਾਡੇ ਮਨਾਂ 'ਚ ਫਰਕ ਪਾਉਣ ਵਾਲਾ ਕੌਣ ਹੈ? ਬੰਦਾ ਸਾਡੇ ਮਨਾਂ 'ਚੋਂ ਫਰਕ ਕੱਢਣ ਵਾਲਾ ਕੌਣ ਹੈ? ਨਬੀ ਕੱਢਦਾ, ਉਹਦਾ ਨੂਰ ਕੱਢਦਾ, ਉਹਦੀ ਜ਼ਬਾਨ ਦਾ ਕਿਆ ਹੀ ਚੀਜ਼ ਕੱਢਦੀ, ਉਦੋਂ ਨੂੰ ਬੰਦੇ ਨੂੰ ਕਿਆ। ਸਭ ਦੁਨੀਆ ਅਥਾਰਟੀਆਂ ਬਣ ਕੇ ਬੈਠੀ ਰਹੀਏ, ਆਪੋ ਆਪਣੀ ਮਰਜ਼ੀ 'ਚ ਬੈਠੇ ਹੋਏ ਨੇ। ਕੁਰਾਨ ਸ਼ਰੀਫ ਦੇ ਵਿੱਚ ਅਰਥ ਕਰਨਾ ਕਿਹੜਾ ਸੌਖਾ ਹੈ? ਕਿਵੇਂ ਅਰਥ ਕਰੋ, ਉਹਦਾ ਅਰਥ ਕਿਵੇਂ ਹੋਏਗਾ ਜਿਹੜੀ ਇੱਕ ਵਹੀ ਦੇ ਤਰੀਕੇ ਨਾਲ ਚੀਜ਼ ਉਤਰੀ? ਉਹਦਾ ਅਰਥ ਬੰਦਾ ਐਸੇ ਤਰੀਕੇ ਨਾਲ ਕਰੇਗਾ ਜਿਹਦੀ ਲੜਾਈ ਹੋ ਜਾਏਗੀ। ਅਰਥ ਨੂੰ ਸਮਝਣ ਵਾਸਤੇ, ਜਿਵੇਂ ਇੱਕ ਦਿਨ ਫਰੀਦ ਸਾਹਿਬ ਦੇ ਨਾਲ ਉਹਨਾਂ ਦਾ ਬੜਾ ਚੜਾਪ ਹੋ ਗਿਆ। ਉਹ ਆਉਂਦਾ ਪੰਜ ਰੁਕਨ ਨੇ ਸਲਾਮ ਦੇ, ਅਤੇ ਫਰੀਦ ਸਾਹਿਬ ਕਹਿੰਦੇ ਨੇ ਛੀ ਰੁਕਨ ਨੇ, ਰੌਲਾ ਪੈ ਗਿਆ। ਉਹ ਆਉਂਦਾ ਤੁਹਾਡੇ ਵਰਗੀਆਂ ਬੰਦਿਆਂ ਨੇ ਸਲਾਮ ਦਾ ਬੜਾ ਬੇੜਾ ਗਰਕ ਕੀਤਾ, ਪੂਰੀ ਲੜਾਈ ਹੋ ਗਈ, ਚੜਾਪ ਹੋ ਗਈ। ਹੁਣ ਫਰੀਦ ਸਾਹਿਬ ਖਮੋਸ਼ ਹੋ ਗਿਆ, ਇਹਨੇ ਪਤਾ ਪੈ। ਇੱਕ ਦਿਨ ਕੀ ਬਣਿਆ, ਮੁੱਲਾਂ ਫਸ ਗਿਆ, ਮੇਰੀ ਰਸਤੇ 'ਚ ਫਸ ਗਈ, ਪਾਣੀ ਖਾ ਰਿਹਾ ਤਾਂ ਰੋਟੀ ਖਾਣ ਨੂੰ ਨਹੀਂ। ਅਤੇ ਫਰੀਦ ਸਾਹਿਬ ਗਰੀਬੀ ਤਾਕਤ ਨਾਲ ਗਿਆ, ਜਾ ਕੇ ਕਹਿੰਦਾ ਹੈ ਕਿ ਮੁੱਲਾਂ ਮੈਂ ਰੋਟੀ ਦੇ ਦਿੰਦਾ, ਪਾਣੀ ਦੇ ਦਿੰਦਾ, ਪਰ ਪੰਜ ਰੁਕਣ ਮੈਨੂੰ ਦੇ ਦਿੰਦਾ। ਤੁਹਾਨੂੰ ਤਰੇਹ ਲੱਗੀ ਹੋਈ ਸੀ, ਭੁੱਖ ਲੱਗੀ ਹੋਈ ਸੀ, ਉਹ ਰੋਟੀ ਦੇ ਵਿੱਚ ਤਿੰਨ ਰੁਕਣ ਦੇ ਦਿੱਤੇ। ਫਿਰ ਹੁਣ ਤਰੇਹ ਲੱਗੀ ਅਤੇ ਉਹਦਾ ਮੱਕਾ ਸ਼ਰੀਫ ਹੱਲੇ ਮੂੰਹ ਕਰਕੇ ਕਹਿ ਦੇ ਕਿ ਮੈਂ ਤਿੰਨ ਰੁਕਣ ਰੋਟੀ ਵਾਸਤੇ। ਫਿਰ ਉਹਨੂੰ ਤਰੇਹ ਲੱਗੀ, ਉਹਨੇ ਦੋ ਕਹਿ ਦੇ ਪਾਣੀ ਵਾਸਤੇ ਦਿੱਤੇ, ਨਾਲ ਉਹਨੇ ਦਸਤਖਤ ਕਰ ਦਿੱਤੇ। ਉਹਨੇ ਦਸਤਖਤ ਕੀਤੇ ਅਤੇ ਉਹ ਥੋੜ੍ਹੇ ਚਿਰ ਬਾਅਦ ਫਿਰ ਆ ਗਿਆ ਮੁੰਡਾ, ਫਰੀਦ ਸਾਹਿਬ ਬੈਠੇ ਹੋਏ ਸੀ। ਅਤੇ ਫਰੀਦ ਸਾਹਿਬ ਆਉਂਦੇ ਨੇ, ਆਓ ਜੀ ਆਓ ਜੀ ਆਓ ਜੀ, ਆਉਂਦਾ ਹਾਂ ਅੱਗੇ ਵੀ ਮਿਲੇ ਸੀ। ਆਉਂਦਾ ਅੱਗੇ ਆਪਣੇ ਵਿਚਾਰ ਹੋਏ ਸੀ ਕਿ ਤੂੰ ਕਿਹਾ ਸੀ ਪੰਜ ਰੁਕਨ ਨੇ, ਮੈਂ ਕਿਹਾ ਸੀ ਛੀ ਰੁਕਨ। ਉਹਨੇ ਸਾਰੇ ਲੋਕ ਬਾਹਰ ਕੱਢ ਤੇ, ਕਹਿੰਦਾ ਇਹ ਦਸਤਖਤ ਦੇ ਰਹੇ ਨੇ, ਤੂੰ ਰੋਟੀ ਵਾਸਤੇ ਪੰਜੇ ਰੁਕਣ ਵੇਚੇ ਹੋਏ ਨੇ, ਅਤੇ ਮੈਂ ਤੈਨੂੰ ਕਹਿਣਾ ਚਾਹੁੰਦਾ ਛੀਵਾਂ ਰੁਕਣ ਰੋਟੀ। ਫਰੀਦ ਸਾਹਿਬ ਨੇ ਛੀ ਰੁਕਣ ਕਹੇ ਨੇ, ਛੀਵਾਂ ਰੁਕਣ ਰੋਟੀ ਕਿਹਾ, ਕਿਉਂ? ਫਰੀਦ ਸਾਹਿਬ ਦੇ ਵਿੱਚ ਗਰੀਬੀ ਤਾਕਤ ਸੀ। ਇਸ ਕਰਕੇ ਹਮੇਸ਼ਾ ਵਾਸਤੇ ਇੱਕ ਦਿਨ ਫਰੀਦ ਸਾਹਿਬ ਕਹਿ ਰਹੇ ਨੇ ਕਿ ਵਿਦਵਤਾ ਅਤੇ ਗਿਆਨ ਦੋਵੇਂ ਇਕੱਠੇ ਨਹੀਂ ਰਹਿੰਦੇ। ਵਿਦਵਤਾ ਦਾ ਮਤਲਬ ਹੁੰਦਾ ਹੈ ਕਿ ਵਿੱਦਿਆ ਦਾ ਵੀ ਗਿਆਨ ਹੋਵੇ ਅਤੇ ਰੱਬ ਦਾ ਵੀ ਗਿਆਨ ਹੋਵੇ। ਅਤੇ ਅੱਗੇ ਫਿਰ ਕਹਿੰਦਾ ਕਿ ਹਜ਼ੂਰ ਦੇ ਵਿੱਚ ਦੋਵੇਂ ਗਿਆਨ। ਹਜ਼ਰਤ ਮੁਹੰਮਦ ਸਾਹਿਬ ਦੇ ਬਾਰੇ ਫਿਰ ਤੁਸੀਂ ਵੇਖੋ, ਕਿਸੇ ਵੇਲੇ ਮਸਤਾਨਾ ਵੀ ਹੋ ਜਾਂਦਾ ਸੀ ਫਰੀਦ ਸਾਹਿਬ, ਪਰ ਜਿਸ ਵੇਲੇ ਨਮਾਜ਼ ਦਾ ਟਾਈਮ ਹੁੰਦਾ ਸੀ ਉਸ ਇੱਕਦਮ ਨਮਾਜ਼ ਪੜ੍ਹਨੀ। ਫਰੀਦ ਸਾਹਿਬ ਪੰਜੇ ਨਮਾਜ਼ਾਂ ਰੋਜ਼ ਪੜ੍ਹਦੇ ਲਾਜ਼ਮੀ। ਔਰ ਇੱਕ ਦਿਨ ਆਪਣਾ ਜਵੇਰ ਸ਼ਰੀਫ ਬੈਠੇ ਹੋਏ ਸੀ, ਕਿਉਂਕਿ ਮੱਕਾ ਆਪਣਾ ਕੁਰਾਨ ਸ਼ਰੀਫ ਪੜ੍ਹ ਰਹੇ ਸੀ। ਅਤੇ ਪੜ੍ਹਦਿਆਂ ਪੜ੍ਹਦਿਆਂ ਐਵੇਂ ਨਹੀਂ ਸੀ ਮੰਨਿਆ ਜਾਂਦਾ ਨਸਤੀਆਂ ਨੂੰ, ਪੜ੍ਹਦਿਆਂ 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 ਕੋਈ ਲਫ਼ਜ਼ ਅੱਗੇ ਪਿੱਛੇ ਪੜਿਆ ਗਿਆ ਕੁਰਾਨ ਸ਼ਰੀਫ ਦਾ। ਅਤੇ ਇਸ ਦੇ ਵਿੱਚ ਆਵਾਜ਼ ਆਈ, ਫਰੀਦ ਗਲਤ ਪੜ੍ਹਾ, ਗਲਤ ਪੜ੍ਹਾ ਤਿੰਨ ਵਾਰਾਂ। ਫਿਰ ਉਹਨੂੰ ਚੰਗੀ ਤਰ੍ਹਾਂ ਪੜ੍ਹਿਆ, ਮੇਰੇ ਪੜ੍ਹਿਆ ਆਵਾਜ਼ ਆਈ ਫਰੀਦ ਠੀਕ 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 ਪੜ੍ਹਾ, ਕਿਉਂ ਇਹ ਗੱਲਾਂ ਕਰਦੇ ਸੀ। ਇੱਕ ਦਿਨ ਨਿਜ਼ਾਮਉਦੀਨ ਔਲੀਆ ਰੋਜ਼ ਸਜਦਾ ਕਰਨ ਆਉਂਦਾ ਸੀ ਫਰੀਦ ਸਾਹਿਬ ਦੇ ਅਤੇ ਕੁਤਬਦੀਨ ਤਾਕੀ ਦੇ। ਇੱਕ ਦਿਨ ਅਸਲ ਵਿੱਚ ਖਿਆਲ ਆਇਆ, ਪਤਾ ਨਹੀਂ ਮੇਰਾ ਸਜਦਾ ਕਬੂਲ ਹੁੰਦਾ ਹੈ। ਅਤੇ ਜਿਸ ਵੇਲੇ ਲਿਖਦਾ ਹੈ ਕਿ ਜਿਸ ਵੇਲੇ ਅੰਦਰ ਇਹ ਡਿਊਟੀ ਤਾਂ ਵੱਢਦਾ ਹੀ ਪਿਆ ਜੇ ਕੁਤਬਦੀਨ ਤਾਕੀ ਪਿੱਛਾ ਬੈਠਾ,
ਤੇ ਦੂਰੋਂ ਵੇਖਿਆ ਤਾਂ ਨਿਜਾਮਨ ਦੀ ਵੀ ਜਦੋਂ ਤੂੰ ਸੋਚਣਾ ਹੈ ਤੇਰਾ ਉਸ ਵੇਲੇ ਸਹੀ ਤੱਕ ਕਬੂਲ ਹੋ ਜਾਂਦਾ ਦਰਵੇਸ਼ ਸਦਾ ਜਿੰਦਾ ਹੈ ਵੇਖ ਚੰਗੀ ਤਰ੍ਹਾਂ ਮੇਰੇ ਵੱਲੇ ਉਹ ਤਾਂ ਮੈਂ ਜਿਸ ਵੇਲੇ ਵੇਖਿਆ ਜੀ ਚੌਂਕੜਾ ਮਰ ਗਿਆ ਇਹ ਦਰਵੇਸ਼ ਸਦਾ ਹੀ ਜਿੰਦਾ ਇਹ ਨਹੀਂ ਆਉਂਦੇ ਕਿਤੇ ਮੰਨ ਲੈ ਨਾ ਮਿਸਾਲ ਹੋ ਗਿਆ ਮਿਸਾਲ ਦਾ ਮਗਰ ਅੱਲਾਹ 'ਚ ਮਿਲ ਗਿਆ ਮੰਨ ਲੈ ਕਿ ਮਰ ਥੋੜ੍ਹਾ ਗਿਆ ਜਿਹਨੂੰ ਆਉਂਦੇ ਨੇ ਚਿਰਾਗ ਦਿੱਲੀ ਕਿ ਕੀ ਕੇਸ ਹੋਇਆ ਦਿੱਲੀ ਬੜਾ ਮਾਰਦੇ ਰਹੇ ਮੁਸਲਮਾਨ ਇਹਨਾਂ ਨੂੰ ਭੁਲੇਖਾ ਹੀ ਪੈ ਗਿਆ ਕਿ ਮਾਰੀ ਗਏ ਸੋਚਿਆ ਕਿ ਇਹ ਤਾਂ ਇੰਨੀ ਸ਼ਕਤੀ ਨਿਜਾਮਦੀਨ ਆ ਗਿਆ ਫਰੀਦ ਸਾਹਿਬ ਆ ਗਿਆ ਕੁਤਬਦੀਨ ਕਾਕੀ ਆ ਗਿਆ ਚਿਸ਼ਤੀ ਆ ਗਿਆ ਰਾਣ ਹੋ ਗਿਆ ਉਹ ਕੀ ਕਹਿੰਦਾ ਸਮੁੰਦਰ ਲੈ ਕੇ ਆ ਗਏ ਉਹ 500 ਬੰਦੇ ਨੇ ਸਲਾਹ ਕੀਤੀ ਕਿ ਚਲੋ ਮੁਸਲਮਾਨ ਬਣ ਗਏ ਉਹ ਕੀ ਬਣਿਆ ਉਹਦਾ ਮਿਸਾਲ ਹੋ ਗਿਆ ਉਹਨਾਂ ਉਹਦਾ ਦਰਵਾਜ਼ਾ ਡਿੱਗ ਰਿਹਾ ਸੀ ਅਤੇ ਜਿਹੜੇ ਆਪਣੇ ਹੈ ਨਾ ਮੇਰੀ ਕਿਸਮਤ ਜਿਹੜੇ ਉਹਦੇ ਕੋਲ ਆਏ ਤਾਂ ਆਉਂਦੇ ਨੇ ਮੇਰੀ ਕਿਸਮਤ ਹੈਰਾਨ ਹੋਵੋਗਾ ਤੁਸੀਂ ਉੱਠ ਕੇ ਬਹਿ ਗਿਆ ਕਹਿੰਦਾ ਤੁਹਾਡੀ ਕਿਸਮਤ ਅੱਛੀ ਹੈ ਤੁਸੀਂ ਅੱਲਾਹ ਦੀ ਇਬਾਦਤ ਕਰਨ ਆਏ ਜੀ ਕਹਿੰਦਾ ਮੇਰਾ ਦੋਸਤ ਬੜਾ ਮਿਹਰਬਾਨ ਹੈ ਉਹ ਮੇਰੀ ਇੰਤਜ਼ਾਰ ਕਰ ਲਏਗਾ ਉਹਦਾ ਰੱਖੋ ਦਰਵਾਜ਼ਾ ਥੱਲੇ ਰੱਖਿਆ ਤੁਹਾਨੂੰ ਉਹਨਾਂ ਨੇ ਆਓ ਕਲਮਾ ਕਲਮਾ ਪੜਾਇਆ ਸਾਰੇ ਕਹਿ ਰਹੇ ਗੁਰੂ ਦੱਸੇ ਬਹਿ ਕੇ ਚੌਂਕੜਾ ਲਾ ਕੇ ਕਹਿੰਦਾ ਚਲੋ ਚੱਲੀਏ ਹੁਣ ਮੇਰਾ ਦੋਸਤ ਇੰਤਜ਼ਾਰ ਕਰ ਅਜੇ ਤੁਹਾਨੂੰ ਮਿਸਾਲ ਮਿਸਾਲ ਹੋਇਆ ਪਿਆ 500 ਜੁਗੀ ਨੂੰ ਕਲਮਾ ਪੜਾ ਕੇ ਤੇ ਫਿਰ ਇਸ ਕਰਕੇ ਜਿਹੜੀਆਂ ਚੀਜ਼ਾਂ ਨੇ ਕੋਈ ਥਿਊਰੀ ਨਹੀਂ ਇਹ ਹਿਸਟਰੀ ਹੈ ਇਹ ਮਿਸਾਲਾਂ ਨੇ ਦੁਨੀਆਂ 'ਚ ਇਸ ਕਰਕੇ ਬਦਕਿਸਮਤੀ ਕੀ ਹੈ ਕਿ ਜੀ ਸਭ ਕੁਝ ਭੁੱਲ ਕੇ ਬਹਿ ਗਏ ਆਪਦੀ ਜਿਹੜੀ ਪ੍ਰਾਇਵਟੀ ਜਾਇਦਾਦ ਬਣਾ ਬੈਠੇ ਹਜ਼ਰਤ ਮੁਹੰਮਦ ਸਾਹਿਬ ਦਾ ਸਿਨਿਆ ਉਹ ਸਿੱਖ ਆਪ ਦਾ ਬਣਾ ਬੈਠੇ ਦੂਜੀ ਆਪ ਦਾ ਬਣਾ ਬੈਠੇ ਕ੍ਰਿਸ਼ਨ ਆਪ ਦਾ ਬਣਾ ਬੈਠੇ ਇਹਨਾਂ ਦੀ ਜਾਇਦਾਦ ਹੈ ਨਹੀਂ ਪਿਆਰ ਥੋੜ੍ਹੀ ਜਾਇਦਾਦ ਹੋ ਸਕਦਾ ਪਿਆਰ ਤਾਂ ਕੀਮਤ ਪਿਆਰ ਦੀ ਪਿਆਰ ਹੈ ਇਸ ਕਰਕੇ ਸਾਰਿਆਂ ਤਰੀਕਿਆਂ ਦੇ ਨਾਲ ਸੋਚੋ ਬਹਿ ਕੇ ਕਿ ਆਪਾਂ ਸਾਰੇ ਇਬਾਦਤ ਤੋਂ ਦੂਰ ਚਲੇ ਗਏ ਆਪਾਂ ਸਾਰੇ ਹੀ ਉਸ ਨੂਰ ਤੋਂ ਦੂਰ ਚਲੇ ਗਏ ਸਾਡੇ ਅੰਦਰ ਚਿੰਤਾ ਕੀ ਸਾਡੇ ਅੰਦਰ ਪਿਆਰ ਅਸੀਂ ਮਜ਼ਹਬ ਬਣਾ ਕੇ ਬਹਿ ਗਏ ਅਫਗਾਨਾ ਮਰ ਗਿਆ ਤੀਜਾ ਮਰ ਗਿਆ ਤੀਜਾ ਮਰ ਗਿਆ ਹੁਣ ਕਈ ਵਾਰ ਸੋਚੀਦਾ ਹੈ ਕਿ ਜਿੱਥੇ ਬੜਾ ਏਰੀਆ ਬੜਾ ਮੁਸਲਮਾਨਾਂ ਨੇ ਇੱਧਰ ਆਪਣੇ ਗੜ ਵਾਲੇ ਪਿੰਡਾਂ ਦੇ ਪਿੰਡ ਬਹੁਤ ਜ਼ਿਆਦਾ ਹੁਣ ਇੱਧਰ ਕਈ ਵਾਰ ਜਾਈਦਾ ਫਿਰ ਉਹ ਘਰ 'ਚ ਲੈ ਜਾਂਦੇ ਨੇ ਪਰ ਇੰਨੀ ਬਦਕਿਸਮਤੀ ਦੀ ਚੀਜ਼ ਉਹਨਾਂ ਨੂੰ ਕੱਟ ਨਹੀਂ ਉਹਨਾਂ ਨੂੰ ਇਹ ਨਹੀਂ ਪਤਾ ਰੁਕਣ ਕੀ ਉਹਨਾਂ ਨੂੰ ਇਹ ਨਹੀਂ ਪਤਾ ਉਮਰ ਕੀ ਸੀ ਉਹਨਾਂ ਨੂੰ ਇਹ ਨਹੀਂ ਪਤਾ ਹਜ਼ਰਤ ਅਲੀ ਕੀ ਸੀ ਉਹਨਾਂ ਨੂੰ ਇਹ ਨਹੀਂ ਪਤਾ ਕਿ ਜਿਹੜਾ ਮਤਲਬ ਕਿ ਸਭ ਤੋਂ ਵੱਡੀ ਨਮਾਜ਼ ਮਨਾਰੇ ਦੇ ਉੱਤੇ ਕਦੋਂ ਦਿੱਤੀ ਉਹਨਾਂ ਪਤਾ ਹੀ ਸਾਖੀਆਂ ਸੁਣਾਈਦੀਆਂ ਨੇ ਪਰ ਨੌਜਵਾਨ ਬੜੇ ਪਿਆਰ ਨਾਲ ਸੁਣਦੇ ਨੇ ਅਤੇ ਪਿਆਰ ਵੀ ਬੜਾ ਕਰਦੇ ਨੇ ਉੱਥੇ ਆਉਂਦੇ ਨੇ ਸਾਰੇ ਇਸ ਲਈ ਨਹੀਂ ਕਿ ਇੱਕ ਮਜ਼ਹਬ ਦੇ ਵਿੱਚ ਜ਼ਰੂਰ ਅਤੇ ਪ੍ਰਚਾਰ ਕਰਨਗੇ ਹਰ ਮਜ਼ਹਬ ਦੇ ਵਿੱਚ